ਸਾਡਾ ਪੰਜਾਬੀ ਵਿਰਸਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਇਸ ਚੈਨਲ ਤੇ। ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਵਾਰ ਰੂਬਰੂ ਹੋਇਆ ਇੱਕ ਨਵੀਂ ਵੀਡੀਓ ਲੈ ਕੇ। ਗੱਲ ਕਰਦੇ ਹਾਂ ਕੁਲਦੀਪ ਪੰਜਾਬੀ ਗਾਇਕੀ ਦਾ ਮਾਣਕ। ਸਿਆਣੇ ਸੱਚ ਕਹਿੰਦੇ ਹਨ ਕਿ ਕਈ ਪਲ ਹੀ ਆਪਣੇ ਆਪ 'ਚ ਸੁਲੱਖਣੇ ਹੁੰਦੇ ਹਨ ਅਤੇ ਕਈ ਉਹਨਾਂ ਤੋਂ ਉਲਟ ਕੁਲੱਖਣੇ। ਪੰਜਾਬੀ ਦੁਨੀਆ ਵਿੱਚ ਕੁਝ ਸੁਲੱਖਣੀਆਂ ਅਤੇ ਸੁੱਖਾਂ ਸੁੱਖਣ ਤੋਂ ਬਾਅਦ ਨਸੀਬ ਹੋਈਆਂ ਘੜੀਆਂ ਕੁਝ ਕੁ ਉਹ ਸਨ ਜੋ ਮਖਦੂਮ ਕਸੂਰੇ ਦੇ ਜੰਡਿਆਲੇ ਵਾਲੇ ਸ਼ਗਿਰਦ ਨੇ ਹੀਰ ਦੀ ਰਚਨਾ ਕਰਕੇ ਮੁੰਜ ਦੀ ਰੱਸੀ ਵਿੱਚ ਮੋਤੀ ਪਰੋਏ। ਜਦੋਂ ਬਟਾਲੇ ਦੇ ਅਤਿ ਸੁਨੱਖੇ ਅਤੇ ਸੰਵੇਦਨਸ਼ੀਲ ਕਵੀ ਨੇ ਨਿੱਕੀ ਉਮਰੇ ਦਰਦ ਹੰਢਾ ਕੇ ਲੂਣਾ ਨੂੰ ਪੁਨਰ ਜਨਮ ਦਿੱਤਾ। ਜਦੋਂ ਗਿੱਦੜ ਬਾਹੇ ਦੀਆਂ ਗਲੀਆਂ ਵਿੱਚ ਵੱਡੇ ਹੋਏ ਚਿਰੇ ਵਾਲੇ ਛੋਕਰੇ ਨੇ ਵਾਹਿਗੁਰੂ ਦਾ ਨਾਂ ਧਿਆ ਕੇ ਤਫ ਤੇ ਹੱਥ ਫੇਰਿਆ ਅਤੇ ਉਸ ਦੀ ਗੂੰਜ ਚੋਹੀ ਕੋਟੀ ਫੈਲੀ ਅਤੇ ਫੈਲ ਰਹੀ ਹੈ। ਅਤੇ ਇਸ ਤਰ੍ਹਾਂ ਜਦੋਂ ਹਰਦੇਵ ਦਲਗੀਰ ਦੇ ਅਲਫਾਜ਼ ਨੂੰ ਜਲਾਲ ਪਿੰਡ ਦੇ ਅਣਗੋਲੇ ਕੁਲਦੀਪ ਮਨਕਲੇ ਨੇ ਆਪਣੀ ਦਮਦਾਰ ਆਵਾਜ਼ ਵਿੱਚ ਪਰੋ ਕੇ ਪੰਜਾਬੀ ਲੋਕ ਗਾਇਕੀ ਵਿੱਚ ਇੱਕ ਨਵਾਂ ਅਧਿਆਇ ਸਿਰਜਿਆ ਅਤੇ ਜਿਸ ਨਾਲ ਹਰਦੇਵ ਦਲਗੀਰ ਥਰੀਕੇ ਵਾਲਾ ਦੇਵ ਅਤੇ ਕੁਲਦੀਪ ਮਾਣਕਾ ਸਿਰਮੋਰ ਗਾਇਕ ਕੁਲਦੀਪ ਮਾਣਕ ਬਣ ਗਿਆ। ਨਿਰਸੰਦੇਹ ਲਾਲਚੰਦ ਯਮਲਾ ਜੱਟ ਦੀ ਉਮਰ ਅਤੇ ਗਾਇਕੀ ਢਲਣ ਕਾਰਨ ਪੰਜਾਬ ਵਿੱਚ ਮੈਲ ਗਾਇਕੀ ਵਿੱਚ ਤਕਰੀਬਨ ਕਾਲ ਜਿਹਾ ਸੀ, ਜਿਸ ਨੂੰ ਪੂਰਾ ਕੀਤਾ ਕੁਲਦੀਪ ਮਾਣਕ ਨੇ ਅਤੇ ਉਹ ਵੀ ਅਜਿਹਾ ਗਾ ਕੇ ਜਿਸ ਲਈ ਪੰਜਾਬੀ ਗਾਇਕੀ ਜਾਣੀ ਜਾਂਦੀ ਹੈ। ਪੰਜਾਬ ਵਿੱਚ ਇੱਕ ਵਾਰ ਫਿਰ ਕਲੀਆਂ ਸੱਦਾਂ ਬੋਲੀਆਂ ਗੁਣਗੁਣਾਉਣ ਲੱਗੇ ਸਨ। ਬੇਸ਼ੱਕ ਦੇਵ ਨੇ ਉਹਨਾਂ ਰਚਨਾਵਾਂ ਜਿਨ੍ਹਾਂ ਨੂੰ ਜ਼ਿਆਦਾ ਹਜੂਰਾ ਸਿੰਘ ਵਰਗਿਆਂ ਨੇ ਲਿਖਿਆ ਅਤੇ ਦੀਦਾਰ ਸਿੰਘ, ਅਮਰ ਸਿੰਘ ਸ਼ੌਂਕੀ, ਨਿਰੰਜਨ ਸਿੰਘ, ਬਚਨ ਸਿੰਘ, ਪਾਲ ਸਿੰਘ ਪੰਛੀ, ਦਿਆ ਸਿੰਘ, ਦਿਲਵਾਰ ਵਰਗੇ, ਨਿੱਕੂ ਖਾਨ, ਮਿਲਖੀ ਬੇਲੀ ਰਾਮ ਅਤੇ ਫਜਲਾ ਢੂੰਡਾ ਸ਼ਫੀ ਵਰਗਿਆਂ ਅਲਗੋਜ਼ਿਆਂ ਤੇ ਤੁੰਬੇ ਤੋਂ ਪਹਿਲਾਂ ਹੀ ਗਾ ਚੁੱਕੇ ਹਨ ਨੂੰ ਮਾਂਝ ਸਵਾਰ ਕੇ ਪੇਸ਼ ਕੀਤਾ, ਫਿਰ ਵੀ ਉਸਦੇ ਦੇਣ ਨੂੰ ਨਹੀਂ ਜਾ ਸਕਦਾ। ਗਾਇਕੀ ਦੀਆਂ ਆਸ਼ਕਾਂ ਨੂੰ ਅਜੇ 1975 ਦੇ ਨੇੜਲੇ ਦਿਨ ਭੁੱਲੇ ਨਹੀਂ ਹੋਣਗੇ ਜਦੋਂ ਪੰਜਾਬ ਦੀਆਂ ਸੱਥਾਂ ਅਤੇ ਪਰਿਆਂ ਤੋਂ ਲੈ ਕੇ ਯੂਨੀਵਰਸਿਟੀ ਕਾਲਜਾਂ ਦੀਆਂ ਹੋਸਟਲਾਂ ਵਿੱਚ ਮਾਣਕ ਦੇ ਗੀਤ ਹੀ ਸੁਣਨ ਨੂੰ ਮਿਲਦੇ ਸਨ। ਉਸਦਾ LP ਜਿਸ ਉੱਪਰ ਸਰਵਨ ਦੀ ਵਹਿੰਗੀ ਦਾ ਸਕੈਚ ਸੀ ਅਤੇ ਨਾ ਹੀਰ ਦੀ ਕਲੀ, ਅਤੇ ਜੋ ਤਕਰੀਬਨ 1975 ਵਿੱਚ ਸਰੋਤਿਆਂ ਨੂੰ ਸੁਣਨ ਲਈ ਮਿਲਿਆ, ਸੋਨੇ ਦੇ ਭਾਅ ਵੀ ਨਹੀਂ ਸੀ ਮਿਲਦਾ। ਕੌਫੀ ਹਾਊਸ ਵਿੱਚ ਬੈਠ ਉਸਦਾ ਵਿਸ਼ਲੇਸ਼ਣ ਕਰਨਾ ਵਿਦਵਤਾ ਵਾਲੀ ਗੱਲ ਸਮਝੀ ਜਾਂਦੀ ਸੀ। ਮਾਣਕ ਨਾਲੋਂ ਬਹੁਤ ਜ਼ਿਆਦਾ ਮਸ਼ਹੂਰ ਅਤੇ ਹਰਮਨ ਪਿਆਰੇ ਗਾਇਕ ਹੋਣਗੇ ਅਤੇ ਹਨ ਵੀ, ਪਰ ਉਸ ਜਿੰਨੀ ਛੇਤੀ ਅਤੇ ਹਨੇਰੀ ਵਾਂਗ ਛਾ ਜਾਣ ਵਾਲਾ ਰਾਵੀਓ ਪਾਰ ਵਾਲੀ ਰੇਸ਼ਮਾ ਨੂੰ ਛੱਡ ਕੇ ਸ਼ਾਇਦ ਹੋਰ ਕੋਈ ਨਹੀਂ। ਬਸ ਦੋ ਗਾਇਕਾਂ ਦੀਆਂ ਗੀਤਾਂ ਦੀ ਹੀ ਚਰਚਾ ਹੁੰਦੀ ਸੀ। ਰੇਸ਼ਮਾ ਦੁਆਰਾ ਡੁੱਬ ਕੇ ਗਾਏ ਤੱਕ ਪੱਤਰੀ ਵਾਲਿਆਂ ਲੇਖ ਮੇਰੇ ਅੱਖੀਆਂ ਮਿਲਾ ਕੇ ਚੰਨ ਪਾਈ ਨਾ ਜੁਦਾਈ ਵੇ, ਜਾਂ ਹਾਏ ਓਏ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ, ਅਤੇ ਮਾਣਕ ਦੇ ਤੇਰੇ ਟਿੱਬੇ ਤੋਂ ਦਿਆਂਦੀ ਦਾ ਸੂਰਤ ਹੀਰ ਦੀ ਛੇਤੀ ਕਰ ਸਰਵਣ ਪੁੱਤਰਾ ਜਾਂ ਦੁੱਲੇ ਹੋਏ ਟੋਕਰਾ ਚਕਾਈ ਆਣ ਕੇ ਦਾ। ਰੇਸ਼ਮਾ ਅਤੇ ਮਾਣਕ ਵਿੱਚ ਇੱਕ ਤੋਂ ਵੱਧ ਇਕਸਾਰਤਾਵਾਂ ਹਨ। ਦੋਵਾਂ ਨੇ ਕੋਈ ਰਸਮੀ ਸਿੱਖਿਆ ਲਈ ਨਹੀਂ ਲੱਗਦੀ, ਦੋਵੇਂ ਅਜੋਕੀ ਅਖੋਤੀ ਪੜ੍ਹਾਈ ਤੋਂ ਕੋਰੇ ਲੱਗਦੇ ਹਨ ਅਤੇ ਦੋਵੇਂ ਗਾਉਣ ਵੇਲੇ ਜਾਂ ਅੱਲਾ ਤਾਲਾ ਵੱਲ ਵੇਖਦੇ ਹਨ ਜਾਂ ਆਪਣੇ ਦਿਲ ਦੀ ਦੁਨੀਆ ਅੰਦਰ। ਇਸੇ ਕਰਕੇ ਦੋਵਾਂ ਦੀ ਕੋਈ ਰੀਸ ਨਹੀਂ, ਬਦਲ ਨਹੀਂ, ਮੁਕਾਬਲਾ ਨਹੀਂ। ਵੈਸੇ ਵੀ ਕਲਾ ਸਿੱਖਣ ਨਹੀਂ ਹੰਢਾਉਣ ਵਾਲੀ ਸ਼ੈ ਹੈ। ਇਹ ਮਾਣਕ ਦੀ ਅੰਬਰਾਂ ਨੂੰ ਛੂੰਹਦੀ ਅਤੇ ਨਵੇਕਲੀ ਆਵਾਜ਼ ਹੀ ਸੀ ਜਿਸ ਕਾਰਨ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਪ੍ਰੋਫੈਸਰ ਮੋਹਨ ਸਿੰਘ ਦੀਆਂ ਰਚਨਾਵਾਂ ਦੀ ਪਲੇਠੀ ਕੈਸੇਟ ਸਿੱਖੀ ਦਾ ਬੂਟਾ ਨਗ ਪੰਜਾਬ ਦਾ, ਜਿਸ ਦੀ ਪ੍ਰਿਸ਼ਟ ਕਮੈਂਟਰੀ ਕਿਸੇ ਹੋਰ ਦੀ ਨਹੀਂ ਸੁਰਜੀਤ ਪਾਤਰ ਦੀ ਹੈ, ਅਤੇ ਜਿਸ ਵਿੱਚ ਐਵਰਗ੍ਰੀਨ ਮੁਹੰਮਦ ਸਦੀਕ, ਮਰਹੂਮ ਦੀਦਾਰ ਸੰਧੂ ਵਰਗੀਆਂ ਹੋਰ ਵੀ ਆਵਾਜ਼ਾਂ ਹਨ ਦਾ ਟਾਈਟਲ ਗੀਤ ਗਾਉਣ ਦਾ ਮਾਣ ਉਸ ਨੂੰ ਹਾਸਲ ਹੋਇਆ। ਅਤਿ ਛੋਟੀ ਬਹਿਰ ਵਿੱਚ ਰਚੀ ਅਤੇ ਜੋਸ਼ ਪਰੋਚੀ ਇਸ ਰਚਨਾ ਨੂੰ ਮਾਣਕ ਨੇ ਉਸਦੀ ਰੂਹ 'ਚੋਂ ਉਤਰ ਕੇ ਗਾਇਆ ਹੈ।
इन्हां सत्रां नूं इको पिच दे रह के गाउणा कोई आसान नहीं सी। कुछ सत्रां इस दी गवाही देणगियां। आरे दियां दंदियां ते खैबर दियां दरियावां विच, सरसा दियां लहरां ते रंबी दियां तारां ते, सतलुज दे कंडे ते लखी दे जंगल विच, रोड़ां विच, रड़कां विच, बंजरां विच, चखड़ां विच, जिथे भी ला दईए उत्थे भी ही फैलदा है। ओ केड़ा बूटा ए, ए हर थावें पलदा ए, सिक्खी दा बूटा ए हर थां जो पलदा ए। इस तो बिना एक होर वारस दी तर्ज ते लिखी बैंत वांगा छड़दे हंजुआ वालिए नी गा के माणक ने ए साहित कैसट अपने ना करवा ली सी। उसे तरह जिवें हंसराज हंस ने हक बाहू दम दम बाहू अते उल्टे होर जमाने आए गा के दर्द कैनू दरवेश उपर अपनी सदारत कायम कीती है। एक बार संत सिंह सेखों ने पूछया, सर तुसी कदे पाठ कीता है? उसका जवाब सी, हाँ जदों मैं काकू बारे सोचता हाँ उसके भविख बारे क्यास करके उदास हो जाता हाँ, भाव ये कि मोह सब कुछ करवा दिंदा है। नाले असूल अनुशासन अते मोह मुहब्बत कदे इकट्ठे नहीं हो सकते, अर्थात अजे दिलां दे आ मामलियां दे कोई कारण नहीं हुंदे। माणक ने भी लाल चंद अते सुरिंदर कौर वांग अपनी गायकी दे बटन नूं पिता पुरखी बनाउणा चाहिया, परंतु कला जमीन नहीं हुंदी कि तियां पुत्तां दे नां लगवाई जा सके। नाले माणक नूं भी ये मान मुहब्बत प्लेट च रख के नहीं मिलिया, सगों लंबी कालना साधना अते सिद्धक बाद प्राप्त होया है। उसनूं भी याद होणगे ओ मुढ़ले अते मुश्कत भरे दिन जदों ओ एक संगीत सिखण दे नाते हरचरण गरेयाल नाल हारमोनियम वजा के ही सबर कर लैंदा सी। भाव ये कि कुछ भी प्राप्त करन लई वकील सूफी शायर शाह हुसैन लहू जिगर दा छानी दा उसने लहू छानिया बनिया अजिहा हस्ताकर जिस बिना पंजाबी गायकी दी तवारिक पूरी नहीं अखवा सकती। पंजाबी गायकी दी जे पंजाबी साहित वांग काल वंड कीती जावे घट्टो घट पिछले कुछ दहाकियां दी, तां इस नूं लाल चंद यमला जट कुलदीप माणक अते गुरदास मान काल कहा जा सकता है। इसे तरह तुहानूं दोस्तों सी पंजाबी गायकी दे कुलदीप पंजाबी गायकी दा जो माणक कहा जाता है उन्हां बारे उन्हां दी जिंदगी बारे कुछ गल्लां दसियां। इसे तरह तुहानूं अपडेट्स दिंदे रहांगे। ये मैं सुरजीत मान की किताब सुरां दे सुल्तान उहदे विच्चों पढ़ के सुनाया है। इसे तरह तुहानूं अपडेट दिंदे रहांगे। हुण लई दिओ इजाजत प्री डुगरी दे नाल साडा पंजाबी विरसा चैनल।